यह जी अच्छ शिमलापुरी जोड़ा एरिया पता 14 नंबर गली के बच्चे टिंकू नाम का जो बंदा रहा वा तो घर ही अपने घर ही नितनेम के पोती का कोई साखियां सुरातन तो उन्हें उन्होंने निरादर किया अंगा उन्हें नुकसान किया अपने घर ही किया जी उन्हें सारा असी तो जो चाहते वह तो कदम होंदा नहीं है तो जो प्रशासन चाहता होंगे तो उही है असं तो बहुत कुछ चाहते हैं पर जो प्रशासन की कानूनी कार्रवाई है वो कर रहे हैं 295 का परचा दे रहे हैं वे इनू भी कहें कि मेंटली अपसैट आ पर फड़ी लाता वा मतलब कि कपड़े जे बेचता उसे शिमलापुरी बेचता वा रेहड़ी के उत्ते रख के फिर मेंटली अपसैट आता फिर किमें बेच सकता उन्होंने ਤੁਹਾਡੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਕਾਰਵਾਈ ਇਹ ਤੋਂ ਸੰਤੁਸ਼ਟ ਨਹੀਂ ਹੈਗੇ 295 ਦੀ ਜਿਹੜੀ ਕਾਰਵਾਈ ਹੈ ਤੇ ਪਰ ਕੀ ਕਹਿਣਾ ਚਾਹੁੰਦੇ ਤੇ ਹੁਣ ਸੰਵਿਧਾਨ ਦੇ ਵਿੱਚ ਬਣੇਗੀ ਇਹ ਹੋਇਆ ਸੰਤੁਸ਼ਟਤਾ ਦੀ ਹੈ ਹੀ ਨਹੀਂ ਕਿਉਂਕਿ 400 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਪਿਛਲੇ 5 ਸਾਲ ਤੋਂ 6 ਸਾਲ ਤੋਂ ਲਗਾਤਾਰ ਹੋ ਰਹੇ ਹਨ ਸੰਤੁਸ਼ਟਤਾ ਸੀ ਹੈ ਨਹੀਂਗੇ ਪਰ ਹੁਣ ਸਾਡੇ ਹੱਥ ਤਾਂ ਕੁਝ ਹੈ ਨਹੀਂਗਾ ਜਾਂ ਤਾਂ ਪੁਲਿਸ ਤੋਂ ਪਹਿਲਾਂ ਸਾਡੇ ਹੱਥ ਲੱਗ ਜਾਂਦਾ ਫਿਰ ਗੱਲ ਵੱਖਰੀ ਸੀ ਫਿਰ ਜਿੱਦਾਂ ਦੀ ਕੋਈ ਮਾਰਾ ਹੀ ਕਰਪਾ ਕਰਦੇ ਹੋ ਜੀ ਗੱਲ ਹੁੰਦੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਢਿੱਲੋਂ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਉਹਦੇ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਸ਼ਰਾਰਤੀ ਅੰਸਰ ਵੱਲੋਂ ਗੁਟਕਾ ਸਾਹਿਬ ਦੇ ਜਿਹੜੇ ਅੰਗ ਪਾੜੇ ਜਾਂਦੇ ਨੇ ਤੇ ਉਹ ਬੰਦਾ ਜਿਹੜਾ ਲਿਆਂਦਾ ਜਾਂਦਾ ਪੁਲਿਸ ਥਾਣਾ ਸ਼ਿਮਲਾਪੁਰੀ ਦੇ ਵਿੱਚ ਜਿਹੜੇ ਸਮਾਜਿਕ ਜਾਂ ਧਾਰਮਿਕ ਆਗੂ ਉਸ ਬੰਦੇ ਨੂੰ ਲੈ ਕੇ ਆਏ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਰੀ ਘਟਨਾ ਕਿਵੇਂ ਉਹਨਾਂ ਨੂੰ ਪਤਾ ਲੱਗੀ ਔਰ ਉਹ ਸ਼ਖਸ ਕੌਣ ਹੈ ਕੀ ਉਹਦੇ ਬਾਰੇ ਜਾਣਕਾਰੀ ਹੈ ਸਰ ਪ੍ਰਾਈਮ ਉਹਦੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕੀ ਅੱਜ ਜਿਹੜੀ ਗੁਟਕਾ ਸਾਹਿਬ ਦੇ ਅੰਗ ਪਾੜਨ ਵਾਲੀ ਜਿਹੜੀ ਘਟਨਾ ਹੋਈ ਉਹਦੇ ਬਾਰੇ ਦਰਸ਼ਕਾਂ ਨੂੰ ਦੱਸੋ ਜੀ ਇਹ ਜੀ ਅੱਜ ਸ਼ਿਮਲਾਪੁਰੀ ਜਿਹੜਾ ਏਰੀਆ ਪਤਾ 14 ਨੰਬਰ ਗਲੀ ਦੇ ਵਿੱਚ ਟਿੰਕੂ ਨਾਮ ਦਾ ਜਿਹੜਾ ਬੰਦਾ ਰਹਿੰਦਾ ਵਾ ਤੇ ਉਹਦੇ ਘਰ ਹੀ ਆਪਣੇ ਘਰ ਹੀ ਉਹਦੇ ਨਿਤਨੇਮ ਦੇ ਪੋਤੀ ਦਾ ਤੇ ਕੋਈ ਸਾਖੀਆਂ ਸੀਗੀਆਂ ਪ੍ਰਾਤਨ ਤੇ ਉਹਨੇ ਉਹਨਾਂ ਦਾ ਨਿਰਾਦਰ ਕੀਤਾ ਅੰਗਾਂ ਨੂੰ ਉਹਨੇ ਨੁਕਸਾਨ ਕੀਤਾ ਆਪਣੇ ਘਰ ਹੀ ਕੀਤਾ ਜੀ ਉਹਨੇ ਸਾਰਾ ਤੁਹਾਨੂੰ ਕਿੱਥੋਂ ਜਾਣਕਾਰੀ ਪ੍ਰਾਪਤ ਹੋਈ ਜੀ ਇਹ ਉਹ ਤਾਂ ਮੁਹੱਲੇ ਦੇ ਵਿੱਚ ਹੀ ਫੋਨ ਆਇਆ ਸੀ ਜੀ ਤੇ ਉਹ ਸਵੇਰ ਦਾ ਉਹਨੇ ਸਵੇਰੇ 4:30-5 ਵਜੇ ਕਹਿੰਦੇ ਮੁਹੱਲੇ ਵਾਲੇ ਬੇਅਦਬੀ ਕੀਤੀ ਤੇ ਪਤਾ ਉਹਨਾਂ ਨੂੰ ਬਾਅਦ ਲੱਗੇ ਸਾਨੂੰ 9 ਵਜੇ ਉਹਨਾਂ ਨੇ ਦੱਸਿਆ ਤੇ ਪਰ ਜਾਨੂੰ ਤਾਂ ਪੁਲਿਸ ਆ ਚੁੱਕੀ ਸੀ ਤੁਹਾਡੇ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਗਿਆ ਸੀਗਾ ਹਾਂਜੀ ਉਹ ਗੁਰਦੁਆਰਾ ਸਾਹਿਬ ਨੇੜੇ ਸੀਗਾ ਕੋਈ ਉੱਥੇ ਉਹਨਾਂ ਨੇ ਮੁਹੱਲੇ ਵਾਲੇ ਨੇ ਪਹਿਲਾਂ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਫਿਰ ਪ੍ਰਸ਼ਾਸਨ ਨੂੰ ਫੋਨ ਕਰਤਾ ਸੀ ਤੇ ਪੁਲਿਸ ਨੇ ਆ ਕੇ ਉਹਨੂੰ ਅਰੈਸਟ ਕਰ ਲਿਆ ਜਦੋਂ ਕਿੰਨੇ ਬੰਦੇ ਪੁਲਿਸ ਵੱਲੋਂ ਅਰੈਸਟ ਕੀਤੇ ਗਏ ਜੀ ਇੱਕ ਹੀ ਬੰਦਾ ਜੀ ਇੱਕ ਮੁੰਡਾ ਹੀ ਆ ਟਿੰਕੂ ਨਾਮ ਦਾ ਹੁਣ ਅਗਲੀ ਕਾਰਵਾਈ ਕੀ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਜੋ ਚਾਹੁੰਦੇ ਉਹ ਤਾਂ ਕਦੇ ਹੁੰਦਾ ਨਹੀਂ ਹੈ ਤੇ ਜੋ ਪ੍ਰਸ਼ਾਸਨ ਚਾਹੁੰਦਾ ਹੁੰਦਾ ਤਾਂ ਉਹੀ ਆ ਅਸੀਂ ਤਾਂ ਬਹੁਤ ਕੁਝ ਚਾਹੁੰਦੇ ਆ ਪਰ ਜੋ ਪ੍ਰਸ਼ਾਸਨ ਦੀ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਨੇ 295 ਦਾ ਪਰਚਾ ਉਹ ਦੇ ਰਹੇ ਨੇ ਉਹਦੇ ਤੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਕਾਰਵਾਈ ਇਹ ਤੋਂ ਸੰਤੁਸ਼ਟ ਨਹੀਂ ਹੈਗੇ 295 ਦੀ ਜਿਹੜੀ ਕਾਰਵਾਈ ਹੈ ਤੇ ਪਰ ਕੀ ਕਹਿਣਾ ਚਾਹੁੰਦੇ ਤੇ ਹੁਣ ਸੰਵਿਧਾਨ ਦੇ ਵਿੱਚ ਬਣੇਗੀ ਇਹ ਹੋਇਆ ਸੰਤੁਸ਼ਟਤਾ ਦੀ ਹੈ ਹੀ ਨਹੀਂ ਕਿਉਂਕਿ 400 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਪਿਛਲੇ 5 ਸਾਲ ਤੋਂ 6 ਸਾਲ ਤੋਂ ਲਗਾਤਾਰ ਹੋ ਰਹੇ ਹਨ ਸੰਤੁਸ਼ਟਤਾ ਸੀ ਹੈ ਨਹੀਂਗੇ ਪਰ ਹੁਣ ਸਾਡੇ ਹੱਥ ਤਾਂ ਕੁਝ ਹੈ ਨਹੀਂਗਾ ਜਾਂ ਤਾਂ ਪੁਲਿਸ ਤੋਂ ਪਹਿਲਾਂ ਸਾਡੇ ਹੱਥ ਲੱਗ ਜਾਂਦਾ ਫਿਰ ਗੱਲ ਵੱਖਰੀ ਸੀ ਫਿਰ ਜਿੱਦਾਂ ਦੀ ਕੋਈ ਮਾਰਾ ਹੀ ਕਰਪਾ ਕਰਦੇ ਹੋ ਜੀ ਗੱਲ ਹੁੰਦੀ ਪਰ ਇਹ ਆ ਵੀ ਸਾਡੇ ਹੱਥ ਤਾਂ ਕੁਝ ਨਹੀਂ ਹੁਣ ਜਿਹੜੀ ਕਾਨੂੰਨੀ ਕਾਰਵਾਈ ਹੁਣ ਤਾਂ ਉਹੀ ਹੋ ਸਕਦੀ ਆ ਕੋਈ ਦਿਮਾਗੀ ਪਰੇਸ਼ਾਨੀ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬੰਦਾ ਜਿਹੜਾ ਮੈਂਟਲੀ ਤੌਰ ਤੇ ਅਪਸੈਟ ਹੈਗਾ ਜੀ ਦੇਖੋ ਜੀ ਪ੍ਰਸ਼ਾਸਨ ਤਾਂ ਸਾਰਿਆਂ ਨੂੰ ਮੈਂਟਲੀ ਅਪਸੈਟ ਕਹਿੰਦਾ ਵਾ ਪਿੱਛੇ ਜੇ ਇੱਕ ਤਿੱਬੇ ਰੋਡ ਤੇ ਜਿਹੜਾ ਸ਼ਿਵਮ ਨਾਮ ਦੇ ਮੁੰਡੇ ਨੇ ਬੇਅਦਬੀ ਕੀਤੀ ਸੀਗੀ ਹਨਾ ਉਹ ਵੀ ਕਹਿੰਦੇ ਸੀ ਇਦਾਂ ਹੀ ਪਰ ਉਹਦੇ ਤੇ ਉਹਨੂੰ ਪੈਸੇ ਵੀ ਮਿਲੇ ਸੀ ਤੇ ਉਹਨੇ ਐਕਟਿਵਾ ਵਗੈਰਾ ਵੀ 1-2 ਦਿਨ ਪਹਿਲਾਂ ਨਵੀਂ ਲਈ ਸੀ ਤੇ ਉਹਦੇ ਕਾਫੀ ਕੁਝ ਨਿਕਲਿਆ ਵੀ ਸੀ ਪਰ ਪ੍ਰਸ਼ਾਸਨ ਨੇ ਅੱਗੇ ਕਾਰਵਾਈ ਕੋਈ ਨਹੀਂ ਕੀਤੀ ਇਹਨੂੰ ਵੀ ਕਹਿੰਦੇ ਕਿ ਮੈਂਟਲੀ ਅਪਸੈਟ ਆ ਪਰ ਇਹ ਫੜੀ ਲਾਉਂਦਾ ਵਾ ਮਤਲਬ ਕਿ ਕੱਪੜੇ ਜੇ ਵੇਚਦਾ ਉੱਥੇ ਸ਼ਿਮਲਾਪੁਰੀ ਵੇਚਦਾ ਵਾ ਰੇੜੀ ਦੇ ਉੱਤੇ ਰੱਖ ਕੇ ਤੇ ਫਿਰ ਮੈਂਟਲੀ ਅਪਸੈਟ ਆ ਤਾਂ ਫਿਰ ਕਿਵੇਂ ਉਹ ਵੇਚ ਸਕਦਾ ਉਹਨੂੰ ਪਤਾ ਕੰਮਕਾਰ ਕਰਦਾ ਬੰਦਾ ਉਹ ਹਾਂਜੀ ਆਪਣਾ ਕੰਮਕਾਰ ਕਰਦਾ ਉਹ ਫੜੀ ਵਗੈਰਾ ਲਾਉਂਦਾ ਕੱਪੜਿਆਂ ਦੀ ਤੇ ਜੇ ਉਹ ਵੇਚ ਸਕਦਾ ਤਾਂ ਫਿਰ ਮੈਂਟਲੀ ਅਪਸੈਟ ਕਿਵੇਂ ਹੋ ਸਕਦਾ ਫਿਰ ਉਹਨੂੰ ਕਿੱਦਾਂ ਪਤਾ ਕਿ ਕਿਹੜੀ ਚੀਜ਼ ਕਿੰਨੇ ਦੀ ਲਿਆ ਕੇ ਕਿੱਦਾਂ ਵੇਚਣੀ ਆ ਨਾਮ ਕੀ ਦੱਸਿਆ ਉਹਦਾ ਤੁਸੀਂ ਨਾਮ ਦੱਸ ਟਿੰਕੂ ਕਹਿੰਦੇ ਆ ਜੀ ਟਿੰਕੂ ਕਹਿੰਦੇ ਨਾਮ ਟਿੰਕੂ ਹੀ ਆ ਜੀ ਧੰਨਵਾਦ ਸਰ ਜੀ ਸੋ ਪ੍ਰਸ਼ਾਸਨ ਦਾ ਇਹ ਸਾਰੀ ਕਾਰਵਾਈ ਨੂੰ ਲੈ ਕੇ ਕੀ ਕਹਿਣਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ